अस्सलाम वालेकुम दोस्त, अज का प्रोग्राम है जी मीटर चेंज करने। अपने उमर भाई ये उन्होंने जना मीटर भेजे से सैट अपने, क्योंकि भाई इमरान बड़ाए का कहना सी कि जेड़ा इन ओरिजिनल यह मीटर नहीं आया, इन ओरिजिनल आया जी ब्लैक डायल वाला। वो फिर जनाब उन्होंने गया तो अच्छ जनाब लिया फैक्टर को, मीटर लंबे आ ला के तुम दिखावे। बाकी बोर्ड को माड़ा मोटा चेकिंग शेकिंग यदि हो जाएगी वायरिंग दी। एक मीटर डीजल वाला नहीं चल रहा, सारे देखो उतार करा दिते हैं। यह मीटर जोड़ा है ये चलता चलता जरा मतलब 1800 आरपीएम से चलता सी, पिछे कभी सोए तो कभी अगे हो जाती है। यह 72 घंटे तो देर चलिया आ जाए तो हम इंशाल्लाह खैर रखे लावे। बाकी यह भी नाल चेंज कर दिते हैं, ये भी जोड़ा उन्होंने सैट पूरा पे सारे उतार ले गए, तो दूसरे मीटर लावे तो फिर देखेंगे ना कि उन्होंने परफॉर्मेंस कि जो चलाई के हिसाब से ये चंगे या की हिसाब बनता। बाकी तो दिखाते रहने हैं तो इन्हें डिटेल भी देंगे कि इन्ह मीटर के बच्चे दो मीटर कि फर्क है।
ਵਿਵਸਥਾ ਦੇਖ ਸਕਦੇ ਆ ਤੇ ਮਤਲਬ ਮਾਸ਼ਾਅੱਲਾ ਇਹਦੇ ਲੁੱਕ ਬਹੁਤ ਅੱਛੀ ਹੈ ਔਰ ਇਹਦੀ ਸ਼ਾਈਨਿੰਗ ਵੀ ਬਹੁਤ ਅੱਛੀ ਹੈ ਔਰ ਜਿੱਦਾਂ ਦੇ ਮੀਟਰ ਨਾਲ ਤੁਸੀਂ ਦੇਖ ਸਕਦੇ ਹੋ ਪਲਾਸਟਿਕ ਦੇ ਵਿੱਚ ਆ ਰਿਹਾ ਉਹ ਸਪੈਸ਼ਲ ਮੰਗਵਾਏ ਸੀ ਹੈ ਤਾਂ ਵੀ ਇੱਥੇ ਦੇ ਬਣਿਆ ਲੇਕਿਨ ਦੇਖਣ ਬਹੁਤ ਚੰਗੇ ਲੱਗ ਰਹੇ ਨੇ ਮੀਟਰ ਚੇਂਜ ਕੀਤੇ ਗਏ ਜੀ ਇਮਰਾਨ ਭਾਈ ਦੇ ਕਹਿਣ 'ਤੇ ਉਹ ਕਹਿੰਦੇ ਸੀ ਕਿ ਇਹਨੂੰ ਇਹ ਮੀਟਰ ਨਹੀਂ ਆਇਆ ਜਿਹੜੇ ਤੁਸੀਂ ਬਿੱਲਤ ਵਾਲੇ ਲਗਾਏ ਆ ਇਹ ਸਪੈਸ਼ਲ ਮੰਗਵਾਏ ਆ ਬਿੱਲਤ ਵਾਲੇ ਇਹ ਲਗਾ ਰਹੇ ਨੇ ਵਾਈਟ ਵਾਲੇ ਇਹ ਸਪੈਸ਼ਲ ਮੰਗਵਾਏ ਇਹ ਹੁਣ ਇਨਸ਼ਾਅੱਲਾ ਦੋਸਤੋ ਮਤਲਬ ਕਿ ਅੱਗੇ ਇੱਕ ਜਿਹੜਾ ਲਾਇਆ ਸੀ ਪਹਿਲਾਂ ਡੀਜ਼ਲ ਵਾਲਾ ਉਹ ਖਰਾਬ ਹੋ ਗਿਆ ਸੀ ਅਤੇ ਇਹ ਹੁਣ ਨਵੇਂ ਲਗਾਇਆ ਅਤੇ ਦੇਖ ਸਕਦੇ ਮੀਟਰ ਇੰਸਟਾਲ ਹੋ ਗਿਆ ਇੱਕ ਵਾਰ ਸਾਨੂੰ ਫਿਰ ਦਿਖਾ ਦਿੱਤੇ ਬਾਕੀ ਹੁਣ ਸਟਾਰਟ ਕਰਕੇ ਫਿਰ ਚੈੱਕ ਕਰਾਵਾਂਗੇ ਲਓ ਜੀ ਮਾਸ਼ਾ ਅੱਲਾ ਬੜਾ ਹੀ ਸੋਹਣਾ ਕੰਮ ਹੋ ਗਿਆ ਅਸਲਾਮ ਵਾਲੇਕੁਮ ਦੋਸਤੋ ਇੱਥੇ ਇੱਕ ਤਾਂ ਦੱਸਣਾ ਸੀ ਕੀਤੀ ਹੈ ਜੀ ਟਰੈਕਟਰ ਦੇ ਮੀਟਰ ਚੇਂਜ ਔਰ ਭਾਈ ਉਮਰ ਸਾਹਿਬ ਨੇ ਭੇਜਿਆ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਥੋੜ੍ਹੀ ਜਿਹੀ ਹੋਰ ਚੇਂਜਿੰਗ ਕੀਤੀ ਹੈ ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ ਟਰੈਕਟਰ ਇੱਧਰ ਖੜ੍ਹਾ ਵਾ ਕਿ ਇਹਦੇ ਵਿੱਚ ਅਸੀਂ ਕੀ ਥੋੜ੍ਹਾ ਜਿਹਾ ਸਟਾਈਲ ਚੇਂਜ ਕੀਤਾ ਅਤੇ ਇਹ ਦਿਖਾਉਂਦੇ ਹਾਂ ਜਨਾਬ ਲਓ ਜੀ ਕਲਰ ਦੇਖ ਸਕਦੇ ਹਾਂ ਇਹ ਥੱਲੇ ਵਾਲੇ ਲਓ ਜੀ ਟਰੈਕਟਰ ਨੂੰ ਥੋੜ੍ਹਾ ਜਿਹਾ ਇੰਜਨ ਸਟਾਈਲ ਚੇਂਜ ਕਰਤਾ ਹੁਣ ਹੋ ਗਈ ਇਹਦੀ ਫੁੱਲ ਡੈਕੋਰੇਸ਼ਨ ਅੱਛਾ ਮੀਟਰਾਂ ਦੀ ਲੁੱਕ ਵੀ ਦਿਖਾ ਦਈ ਹੈ ਤੁਸੀਂ ਦੇਖ ਸਕਦੇ ਹੋ ਜੀ ਇਹ ਦੇਖ ਸਕਦੇ ਹੋ ਜੀ ਸਾਰੇ ਚਾਲੂ ਆ ਜੀ ਇਹ ਵੀ ਦੇਖ ਸਕਦੇ ਹਾਂ ਲਾਈਟਿੰਗ ਦੇਖ ਲਓ ਜੀ ਬੈਕ ਤੋਂ
ਲੈ ਜੀ ਲਾਈਟਿੰਗ ਕਿੱਦਾਂ ਦੀ ਲੱਗੀ ਇਹ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਜਨਾਬ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਈਏ।